ਕਹਿੰਦਾ ਸਗਲ ਜਨਮ ਸ਼ਿਵ ਪੂਰੀ ਗਵਾਇਆ ਝੂਨੇ ਹੈ ਮਰਤੀ ਬੇਰ ਮਗਰ ਉਠਾਇਆ ਚੰਗਾ ਹੋਇਆ ਮੇਰੀ ਕਿਸਮਤ ਸੀ ਮਰਤੀ ਬੇਰ ਮਨ ਵੇਲੇ ਮੈਂ ਮਗਰ ਆ ਗਿਆ ਤੂੰ ਮੈਨੂੰ ਸਮਝ ਆ ਗਈ ਸਾਰਾ ਜਨਮ ਸ਼ਿਵ ਪੂਰੀ ਜੀ ਗਵਾਇਆ ਗਿਆ ਝੂਟਦੇ ਦਾ ਹੀ ਗਵਾਇਆ ਗਿਆ ਅੱਜ ਮਿਲੂ ਕੱਲ ਮਿਲੂ ਅੱਜ ਮਿਲੂ ਕੱਲ ਮਿਲੂ ਅਖੀਰ ਮਾਲਾ ਛੱਡਤੀ ਉਹਨਾਂ ਨੂੰ ਤੇ ਉਹਨਾਂ ਨੂੰ ਇਹ ਕਹਿ ਕੇ ਛੱਡਤੀ ਮਾਲਾ ਭੁੱਖੇ ਭਗਤ ਨਾ ਕੀਜੇ ਉਹ ਕਹਿੰਦੇ ਰਿੱਧੀਆਂ ਸਿੱਧੀਆਂ ਮਿਲਣਗੀਆਂ ਉਹ ਰਿੱਧੀਆਂ ਸਿੱਧੀਆਂ ਦਾ ਮਾਇਆ ਮੈਂ ਤੁਹਾਤੇ ਮਾਇਆ ਮੰਗੀ ਸੀ ਪਹਿਲਾਂ ਤੁਸੀਂ ਲੋਕ ਸਾਰਾ ਕੁਛ ਛਡਾਉਂਦੇ ਹੋ ਹੁਣ ਕਹਿੰਦੇ ਹੋ ਰਿੱਧੀਆਂ ਸਿੱਧੀਆਂ ਤੁਸੀਂ ਤਾਂ ਫੇਰ ਉਸ ਮਾਇਆ ਨਾਲ ਜੋੜਦੇ ਹੋ ਮੈਨੂੰ ਮੈਨੂੰ ਮਾਇਆ ਨਹੀਂ ਚਾਹੀਦੀ ਮੈਨੂੰ ਰਿੱਧੀਆਂ ਸਿੱਧੀਆਂ ਨਹੀਂ ਚਾਹੀਦੀ ਮੈਨੂੰ ਚਾਹੀਦਾ ਨਾਮ ਜਾਂ ਤਾਂ ਹਾਂ ਕਰੋ ਜਾਂ ਨਾ ਕਰੋ ਚੁੱਪ ਕਰਕੇ ਕਿ ਹਾਂ ਤਾਂ ਹੈ ਹੀ ਨਹੀਂ ਉਹਨਾਂ ਕੋਲ ਆਪਣੇ ਕੋਲ ਹੈ ਉਹਨਾਂ ਨੇ ਦੇਖਿਆ ਵੀ ਇਹ ਤਾਂ ਸਾਰਾ ਬੇਕਾਰ ਹੈ ਇਹ ਤਾਂ ਵੇੜੇ ਜਰਜਰ ਹੈ ਇਹ ਤਾਂ ਹਜ਼ਾਰਾਂ ਹੀ ਛੇਕ ਰਹੇ ਫਿਰ ਕਹਿੰਦਾ ਭੁੱਖੇ ਭਗਤ ਨਾਲ ਕੀ ਜਾਏ ਮਾਲਾ ਆਪਣੀ ਕੀਤੀ ਆਹ ਚੱਕੋ ਆਪਣੀ ਮਾਲ ਮਾਲਾ ਮੋੜਤੀ ਸਨਾਤਨ ਨੂੰ ਧਰਮ ਛੱਡ ਦਿੱਤਾ ਉਹ ਮਤ ਤਿਆਗਤੀ ਕਬੀਰ ਨੇ ਪਹਿਲੀ ਮਾਲਾ ਆਪਣੀ ਲੀ ਜਾ ਮਾਲੇ ਵਾਲੇ ਨੂੰ ਮਾਲਾ ਮੋੜ ਤੂੰ ਮੇਰਾ ਗੁਰੂ ਨਹੀਂ ਮੈਂ ਤੇਰਾ ਚੇਲਾ ਨਹੀਂ ਨਵੇਂ ਸਿਰੇ ਉੱਥੇ ਗਿਆ ਮਗਰ ਫਿਰ ਹਾਂ ਮੰਗੂ ਸੰਤ ਰਹਿਣਾ ਮੈਂ ਨਹੀਂ ਮੰਗਦਾ ਤੇਰੀਆਂ ਰਿੱਧੀਆਂ ਸਿੱਧੀਆਂ ਮੈਂ ਸੰਤ ਰਹਿਣਾ ਉਹਦੇ ਮੈਨੂੰ ਗਿਆਨ ਦੀ ਧੂੜ ਚਾਹੀਦੀ ਹੈ ਇਹ ਆਤਮ ਗਿਆਨ ਦੀ ਰੋਸ਼ਨੀ ਚਾਹੀਦੀ ਹੈ ਮੈਨੂੰ ਉਹਦੇ ਉਹਨਾਂ ਕੋਲ ਹੈ ਨਹੀਂ ਉਹ ਨਾਮ ਚਾਹੀਦਾ ਮੈਨੂੰ ਹਾਂ ਮੰਗੂ ਸੰਤ ਰਹਿਣਾ ਮੈਂ ਨਹੀਂ ਕਿਸੇ ਦਾ ਜੇ ਤਾਂ ਮੈਂ ਕਰਜ਼ਾ ਦੇਣਾ ਹੋਵੇ ਤਾਂ ਮੈਂ ਰਿੱਧੀਆਂ ਸਿੱਧੀਆਂ ਮੰਗਾ ਮੇਰੇ ਤਾਂ ਵੀ ਬਹੁਤ ਕਰਜ਼ਾ ਲੋਕਾਂ ਨੂੰ ਮੈਂ ਰਿੱਧ ਸਿੱਧ ਮੰਗ ਕੇ ਕਰਜ਼ਾ ਲਾਹਦਾ ਆਪਣਾ ਤੁਹਾਡਾ ਮੈਂ ਤਾਂ ਕਿਸੇ ਦਾ ਕੋਈ ਦੇਣਾ ਹੀ ਨਹੀਂ ਮੇਰੇ ਤਾਂ ਕੋਈ ਕਰਜ਼ਾ ਹੀ ਨਹੀਂ ਮੈਂ ਰਿੱਧੀਆਂ ਸਿੱਧੀਆਂ ਕੀ ਕਰਨੀਆਂ ਜੇ ਤਾਂ ਮੈਂ ਰਿੱਧੀਆਂ ਸਿੱਧੀਆਂ ਦੀ ਤਾਂ ਮੈਨੂੰ ਤਾਂ ਲੋੜ ਹੈ ਵੀ ਮੇਰੇ ਤੇ ਭਾਈ ਕਰਜ਼ਾ ਲੋਕਾਂ ਦਾ ਚੜਿਆ ਹੋਇਆ ਵੀ ਮੈਂ ਰਿੱਧੀਆਂ ਸਿੱਧੀਆਂ ਲੈ ਕੇ ਗਾਹਾਂ ਨਾ ਮੈਨੂੰ ਫਿਰ ਦੇਣਾ ਪਵੇ ਗਾਹਾਂ ਦੇ ਜਾਣਾ ਹੁਣ ਬਾਕੀ ਲਾ ਦਾ ਮੈਂ ਤਾਂ ਆਪਣੀ ਰੁੱਖੀ ਸੁੱਖੀ ਮੈਂ ਤਾਂ ਜੌਗੀ ਭੂਸੀ ਖਾ ਗਈ ਜੌਂ ਦਾ ਛਾਣ ਖਾ ਕੇ ਗੁਜ਼ਾਰਾ ਕਰਨ ਵਾਲਾ ਸੀ ਜੌਂ ਦਾ ਆਟਾ ਬਣਿਆ ਮਿਲੇ ਜੌਂ ਦਾ ਜਿਹੜਾ ਬੂਰਾ ਹੁੰਦਾ ਉਹੀ ਮਿਲ ਜੇ ਪਰ ਭਗਤ ਨੇ ਛੋਡੂ ਰਾਮ ਕੀ ਸੰਤ ਦਾ ਪਿੱਛਾ ਨਹੀਂ ਛੱਡਦਾ ਮੈਂ ਸੱਚ ਦਾ ਪਿੱਛਾ ਨਹੀਂ ਛੱਡਦਾ ਮੈਂ ਤਾਂ ਆਪਣਾ ਗਰੀਬੀ 'ਚ ਗੁਜ਼ਾਰਾ ਕੀਤਾ ਮੈਂ ਕਰਜ਼ਾ ਕੀਤਾ ਹੀ ਨਹੀਂ ਇਹ ਗੱਲਾਂ ਸੀਆਂ ਉਹ ਜਿਹੜੀਆਂ ਕਬੀਰ ਦੇ ਸ਼ਬਦ ਲਿਖੇ ਨੇ ਉਹਦੇ ਵਿੱਚ ਇਤਿਹਾਸ ਪਿਆ ਸਾਰਾ ਪਰ ਪੜ੍ਹੇ ਕੌਣ ਵਿਚਾਰੇ ਕੌਣ ਇਹਨਾਂ ਕੋਲ ਕਿਤੇ ਟਾਈਮ ਹੈ ਚੱਜਾ ਝੂਰਨ ਮਿਟੇ ਤੁਮਾਰੋ ਰਾਮ ਨਾਮ ਸਿਉਂ ਕਰ ਵਿਵਹਾਰ ਤੁਹਾਡਾ ਝੂਰਨ ਜਦ ਮਿਟੂਗਾ ਜਿਹੜਾ ਕਹਿੰਦੇ ਰਾਮ ਨਾਮ ਦਾ ਵਿਵਹਾਰ ਕਰੋ ਰਾਮ ਨਾਮ ਦਾ ਵਿਵਹਾਰ ਕੀ ਹੁੰਦਾ ਗਿਆਨ ਆਤਮ ਗਿਆਨ ਲਓ ਜਾਂ ਆਤਮ ਗਿਆਨ ਦਓ ਜਿਹਦੇ ਕੋਲੋਂ ਤੁਹਾਨੂੰ ਮਿਲਦਾ ਉਹ ਤੋਂ ਲੈ ਲਓ ਜਿਹਨੂੰ ਤੁਸੀਂ ਦੇ ਸਕਦੇ ਹੋ ਦੇ ਦਿਓ ਕੋਈ ਕਿਤੇ ਪਾਣੀ ਉੱਚਾ ਹੈ ਆਪਣੇ ਨਾਲੋਂ ਪਹਾੜਾਂ ਦਾ ਪਾਣੀ ਉੱਚਾ ਹੋਰ ਇਹਨੂੰ ਦਰਿਆ ਆ ਜਾਂਦਾ ਆਪਾਂ ਉਹਨੂੰ ਵਰਤਦੇ ਹਾਂ ਪਾਣੀ ਨੂੰ ਨਹਿਰਾਂ ਦੇ ਵਿੱਚ ਵੀ ਵਰਤਦੇ ਹਾਂ ਉੱਚੇ ਤੋਂ ਨੀਵੇਂ ਤੁਹਾਨੂੰ ਪਾਣੀ ਆਉਂਦਾ ਇਵੇਂ ਗਿਆਨ ਉੱਚੇ ਤੋਂ ਨੀਵੇਂ ਤੁਹਾਨੂੰ ਆਉਂਦਾ ਜੇ ਹੁਣ ਪਹਾੜ ਉੱਚਾ ਹੈ ਕਿਤੇ ਥੱਲੇ ਦਾ ਪਾਣੀ ਵੀ ਤਾਂ ਨਹਿਰ ਉਹ ਜਿਹੜੇ ਖੇਤ ਨਾਲ ਉੱਚੀ ਉਹ ਨਹਿਰ ਦਾ ਉੱਚਾ ਜਾਂਦਾ ਹਾਲਾਂਕਿ ਨਹਿਰ ਨਾਲ ਪਹਾੜ ਬਹੁਤ ਉੱਚਾ ਜਿੱਥੋਂ ਪਾਣੀ ਆਇਆ ਚਾਹੇ ਥੋੜ੍ਹਾ ਵੀ ਪਾਣੀ ਹੈ ਗਿਆਨ ਹੈ ਕਿਸੇ ਕੋਲ ਪਰ ਉਹਦੇ ਨਾਲ ਨੀਵਾਂ ਵੀ ਤਾਂ ਕਿਸੇ ਕੋਲ ਹੈ ਸਾਡੇ ਕੋਲ ਕੱਸੀ ਹੈ ਕੱਸੀ ਬਹੁਤ ਨੀਵੀਂ ਹੈ ਨਹਿਰ ਤੋਂ ਪਰ ਜਿਹੜੇ ਖੇਤ 'ਚ ਕੱਸੀ ਦਾ ਬਣ ਜਾਣਾ ਉਹ ਕੱਸੀ ਨੂੰ ਵੀ ਨੀਵਾਂ ਇਸ ਕਰਕੇ ਥੋੜ੍ਹੇ ਤੋਂ ਥੋੜ੍ਹਾ ਗਿਆਨ ਵਾਲਾ ਵੀ ਉਦੋਂ ਆਪਣੇ ਘੱਟ ਵਾਲੇ ਨੂੰ ਦੇ ਸਕਦਾ ਪਰ ਦੋਵਾਂ ਨੂੰ ਦੇਣਾ ਸਹੀ ਚਾਹੀਦਾ ਦਿੰਦੇ ਹੀ ਨੇ ਦਿੰਦੇ ਹੀ ਨੇ ਰਾਮ ਨਾਮ ਦਾ ਵਿਵਹਾਰ ਸਾਰੇ ਕਰ ਸਕਦੇ ਨੇ ਮਤਲਬ ਇਹ ਹੈ ਕਹਿਣ ਦਾ ਇਹ ਨਹੀਂ ਹੈ ਵੀ ਰਾਮ ਨਾਮ ਦਾ ਵਿਵਹਾਰ ਉਹੀ ਕਰੂਗਾ ਜਿਹੜਾ ਬਿਲਕੁਲ ਸੰਤੇ ਬਣ ਜਿਹੜਾ ਗੁਰਮੁਖੇ ਬਣ ਗਿਆ ਜਿੰਨੀ ਕੁ ਗੱਲ ਦੀ ਸਮਝ ਆਈ ਹੈ ਸਹੀ ਉਦਾਹਰਨ ਦੱਸੇ ਤੇ ਨਹੀਂ ਆਪਾਂ ਬਸ ਰਾਮ ਨਾਮ ਦਾ ਵਿਵਹਾਰ ਕਰੋ
ਜਿਹੜੀ ਗੱਲ ਦਾ ਪਤਾ ਲੱਗ ਗਿਆ ਗਾਂ ਪਾਸ ਉਹਨੂੰ ਕਰੀ ਜਾਓ, ਉਹਦੇ ਨਾਲ ਤੁਹਾਡੇ ਕੋਲ ਵਧੂ ਹੈ ਘਟੂ ਨਹੀਂ, ਘਟੂ ਨਹੀਂ। ਇਹ ਗੱਲ ਤਾਂ ਹੀ ਫੈਲੂ। ਹੁਣ ਸਾਨੂੰ ਗੱਲ ਫੈਲਾਉਣੀ ਹੈ, ਉਹਨਾਂ ਨੇ ਗੱਲ ਫੈਲਾਉਣੀ ਨਹੀਂ। ਲੋਕ ਦਾ ਆਪਣੇ ਜਿਹੜਾ ਗਿਆਨ ਹੈ ਉਹਦੇ ਨੁਕਤੇ ਦੱਸਦੇ ਨਹੀਂ, ਲੁਕਾਉਂਦੇ ਨੇ। ਗੁਰਮੁਖ ਕਹਿੰਦੇ ਨੇ ਗੱਲ ਫੈਲੇ, ਦੂਜੇ ਕਹਿੰਦੇ ਨੇ ਫੈਲੇ ਨਾ, ਪਰ ਦੱਸਣੀ ਨਹੀਂ ਕਿਸੇ ਨੂੰ। ਸੱਚ ਨੂੰ ਕੋਈ ਖਤਰਾ ਨਹੀਂ ਹੁੰਦਾ, ਤਾਂ ਕਹਿੰਦਾ ਸੱਚ ਫੈਲ ਜਾਵੇ। ਝੂਠ ਨੂੰ ਖਤਰਾ ਵੀ ਖਤਰੋ ਕੇ ਤੋਂ ਇਹਦਾ ਜਵਾਬ ਜੇ ਆ ਗਿਆ ਤਾਂ ਮੇਰਾ ਭਾਂਡਾ ਖੁੱਲ ਜੂਗਾ। ਜੇ ਤੁਸੀਂ ਜ਼ਿਆਦਾ ਫੈਲਾਈ ਗੱਲ ਕਿਸੇ ਨੇ ਦੇ ਦਿੱਤਾ ਜਵਾਬ ਇਹਦਾ ਗੱਲ ਗਲਤ ਹੈ ਤਾਂ ਮੈਨੂੰ ਨੁਕਸਾਨ ਹੋ ਜੂ। ਇਸ ਕਰਕੇ ਉਹ ਆਪਣੇ ਗਿਆਨ ਨੂੰ ਸੀਮਿਤ ਰੱਖਣਾ ਚਾਹੁੰਦੇ। ਝੂਰਤ ਝੂਰਤ ਸਾਖਤ ਮੂਆ, ਝੂਰਤ ਝੂਰਤ ਸਾਖਤ, ਝੂਰ ਦਾ ਕੌਣ ਹੈ? ਦੇਖੋ ਝੂਰ ਦਾ ਸਾਖਤ ਹੈ, ਸਾਖਤਾ ਨਹੀਂ, ਮਤ 'ਚ ਕੁਛ ਹੁੰਦਾ ਨਹੀਂ, ਦੋ ਹੀ ਮਤਾਂ ਨੇ, ਇੱਕ ਤਾਂ ਸਾਖਤਾ ਨਹੀਂ ਮਤ ਹੈ, ਇੱਕ ਗੁਰਮਤ ਹੈ। ਗੁਰਮਤ ਸੰਤਾਂ ਦੀ ਮਤ, ਸੰਤਾਂ ਦੀ ਮਤ ਤਾਂ ਮੈਂ ਕਿਹਾ, ਸੰਤ ਇਸ ਮਤ ਨੂੰ ਅਪਣਾਉਂਦੇ ਨੇ, ਜਿਹੜੇ ਉਹ ਜਿਹੜੇ ਇਸ ਮਤ ਨੂੰ ਅਪਣਾਉਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਹਾਂ ਅਸੀਂ। ਜਿਹੜੇ ਗੁਰਮਤ ਦੇ ਧਾਰਨੀ ਹੋਣ ਉਹ ਸੰਤ ਨੇ। ਸੰਤਾਂ ਦੀ ਆਪਣੀ ਮਤ ਨਹੀਂ ਹੁੰਦੀ, ਹੈ ਪਰਮੇਸ਼ਰ ਦੀ ਮਤ। ਇਹ ਸੰਤ ਉਹ ਅਸਲੀ ਸੰਤ ਨੇ ਜਿਹੜੇ ਇਸ ਮਤ ਨੂੰ ਅਪਣਾ ਲੈਣ। ਜਿਹੜੇ ਇਸ ਮਤ ਨੂੰ ਨਹੀਂ ਅਪਣਾਉਂਦੇ ਉਹ ਸੰਤ ਕਹਾਉਂਦੇ ਨੇ, ਬਨਾਰਸ ਕੇ ਠੱਗ ਨੇ ਉਹ। ਆਹ ਫਰਕ ਹੈ, ਸੰਤ ਔਰ ਬਨਾਰਸ ਕੇ ਠੱਗ ਦਾ ਕੀ ਫਰਕ ਹੈ? ਇਹ ਹਰ ਕੇ ਸੰਤ ਨੇ ਐਂ ਕਹੋ, ਇਹ ਹਰ ਕੇ ਸੰਤ ਨੇ ਜਿਹੜੇ ਗੁਰ ਕੀ ਮਤ ਨੂੰ ਅਪਣਾ ਲੈਂਦੇ ਨੇ, ਗੁਰਮਤ ਨੂੰ ਸੂਬਹੂ ਮੰਨ ਲੈਂਦੇ ਨੇ, ਜਿਹੜੇ ਕਾਂਡ ਛਾਂਡ ਕਰਕੇ ਮੰਨਦੇ ਨੇ, ਜਾਣ ਬੁੱਝ ਕੇ ਕਾਂਡ ਛਾਂਡ ਕਰਦੇ ਨੇ ਜਾਂ ਇਹਦੇ ਅਰਥ ਪਲਟਦੇ ਨੇ, ਉਹ ਬਨਾਰਸ ਕੇ ਠੱਗ ਨੇ। ਕਹਾਉਂਦੇ ਨੇ ਸੰਤ, ਉਹ ਸਿਰਫ ਕੱਪੜੇ ਬਦਲ ਕੇ ਸੰਤ ਕਹਾਉਂਦੇ ਨੇ, ਭੇਖ ਦਿਖਾ ਕੇ। ਜਿਹੜੇ ਦੂਏ ਸੰਤ ਨੇ ਉਹਨਾਂ ਨੂੰ ਭੇਖ ਦੀ ਲੋੜ ਨਹੀਂ, ਨਾ ਭੇਖ ਦੇ ਉਹਨਾਂ ਦਾ ਧਿਆਨ ਹੈ। ਭੇਖ ਸਾਰੇ ਭਗਤਾਂ ਦਾ ਗੁਰੂਆਂ ਦਾ ਇੱਕ ਨਹੀਂ ਹੈ। ਭੱਟਾਂ ਦਾ ਨਾਨਕ ਨਾਲ ਭੇਖ ਨਹੀਂ ਮਿਲਦਾ, ਕਬੀਰ ਦਾ ਫਰੀਦ ਨਾਲ ਭੇਖ ਨਹੀਂ ਮਿਲਦਾ। ਇਹਨਾਂ ਦਾ ਭੇਖ ਇੱਕ ਨਹੀਂ, ਮਤ ਇੱਕ। ਉੱਥੇ ਉਹਨਾਂ ਦਾ ਭੇਖ ਇੱਕੋ, ਮਤ ਇੱਕ ਹੁੰਦੀ ਨਹੀਂ। ਦੇਖੋ ਇੱਥੇ ਭੇਖ ਅੱਡ ਅੱਡ ਹੈ, ਮਤ ਇੱਕ। ਗੁਰਮਤ ਵਾਲਿਆਂ ਦੇ ਭੇਖ ਅੱਡ ਅੱਡ ਨੇ, ਭਾਵੇਂ ਮਤ ਇੱਕ। ਉਹਨਾਂ ਦਾ ਭੇਖ ਇੱਕ ਹੈ, ਮਤ ਅੱਡ ਅੱਡ। ਜਿੰਨੇ ਸੰਤ ਨੇ ਦੇਖ ਲਓ, ਸੰਤ ਸਮੂਹ ਅਨੇਕ ਮਤੀ, ਭੇਖ ਇੱਕ ਹੈ। ਚਿੱਟੇ ਕੱਪੜੇ, ਜਿਹੜੇ ਕੱਪੜੇ ਮਾਲਾ ਕੋਲ, ਪੰਡਤ ਦਾ ਵੀ ਮਤ ਅੱਡ ਅੱਡ ਹੈ। ਵਿਦਵਾਨਾਂ ਦੀ ਮਤ ਅੱਡ ਅੱਡ ਹੁੰਦੀ ਹੈ, ਭੇਖ ਇੱਕ ਹੁੰਦਾ। ਮਨਮੁੱਖਾਂ ਦੀ ਮਤ ਅੱਡ ਅੱਡ ਹੁੰਦੀ ਹੈ, ਭੇਖ ਇੱਕ ਹੁੰਦਾ। ਸਿੱਖਾਂ ਦੀ ਮਤ ਅੱਡ ਅੱਡ ਹੈ, ਭੇਖ ਇੱਕ ਹੈ। ਮਤ ਕਾਹਦੇ ਅੱਡ ਅੱਡ ਹੈ ਜੀ? ਭੇਖ ਭੇਖ ਅੱਡ ਅੱਡ ਹੋਣ, ਮਤ ਇੱਕ ਹੋਵੇ। ਚਾਹੇ ਉਹ ਰਾਮ ਰਵਿਦਾਸ ਦੇ ਭਗਤ ਨੇ, ਚਾਹੇ ਉਹ ਕਬੀਰ